ਜਿੱਤ ਦੁਬਾਰਾ ਉਭਰੇ ਸਿੱਤੇ ਲੈ ਹੋ ਭਾ ਜਿੱਤ ਦੁਬਾਰਾ ਉਭਰੇ ਸਿੱਤੇ ਲੈ ਹੋ ਭਾ ਰੱਖ ਲੈ 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 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਆਪਣੀ ਕਿਰਪਾ ਦਾ ਆਪਣੀ ਕਿਰਪਾ ਦਾ ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਵ ਤੇਰਾ ਤਾੜਾ ਜੀਓ ਪਾਪੋ ਕਿਹਾ ਕੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕਿਹਾ ਕੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਤ ਤੂੰ ਹੈ ਮੇਰਾ ਮਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਮਰ ਨਾ ਕੋਈ ਸਭ ਤੇਰਾ ਖੇਲ ਅਖੜਾ ਜੀਓ ਰੱਖ ਲੈ 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 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬੜੀ ਅਪਰ ਅਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਰਮਿੰਗਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਅੱਜ ਸਵੇਰ ਤੋਂ ਲੈ ਕੇ ਸੇਵਾ ਚਾਲੂ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪੱਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਹੁਣ ਸਾਡੇ
ਵੀਰ ਜੀ ਭਾਈ ਗੁਰਦਿਆਲ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ। ਭਾਈ ਗੁਰਦਿਆਲ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ? ਆਪਣੀ ਹੋਈ ਹੈ ਨਵੇਂ ਸੋਨੀ ਸੇਵਾ, ਹਾਂਜੀ 1995 ਤੋਂ 1999 ਤੱਕ ਹੋਈ ਹੈ। ਹਾਂਜੀ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ 150 ਸਾਲ ਕੋਈ ਸੇਵਾ ਨਹੀਂ ਹੋ ਸਕੀ, ਇਸ ਕਰਕੇ ਮਹਾਰਾਣੀ ਗੁਰੂ ਨਾਨਕ ਨਾਮ ਸਿਰਫ ਨੂੰ ਸੇਵਾ ਬਖਸ਼ੀ ਤੇ ਪਤਲੇ ਸੇਵਾ ਕੀਤੀ ਹੈ। ਇਹਦੇ ਵਿੱਚ 24 ਪਤਲੇ ਲਾਏ ਗਏ, ਉਹਨਾਂ ਦੀ ਧਵਾਈ ਆਪਣੀ ਕੰਮ ਕਰ ਰੱਖਣ ਵਾਸਤੇ ਹਰੇਕ ਸਾਲ ਸੰਗਤ ਆਉਂਦੀ ਹੈ। ਮਹਾਰਾਜ ਮਹਾਂਪੁਰਸ਼ ਆਸ਼ੀਰਵਾਦ ਲੈ ਕੇ ਡਾਕ ਮੈਂਬਰ ਆਉਂਦੇ ਹਨ ਤੇ ਤਕਰੀਬਨ 10 ਤੋਂ 11-12 ਮਹਾਰਾਜ ਟਾਈਮਿੰਗ ਨਹੀਂ, ਕਿਸੇ ਟਾਈਮਿੰਗ ਲਾ ਨਹੀਂ ਸਕਦੇ। ਕੁਆਲਿਟੀ ਐਂਡ ਕੁਆਂਟਿਟੀ ਸੇਵਾ ਕਰਨੀ ਹੈ ਤੇ ਧਵਾਈ ਜੋ ਹੈ ਰੀਠੇ ਨਾਲ ਕੀਤੀ ਜਾਂਦੀ ਹੈ। ਰੀਠਾ ਜੋ ਪ੍ਰਾਥਮਿਕ ਰੀਠਾ ਹੈ ਉਹ ਕੈਮੀਕਲ ਨਹੀਂ ਹੈ, ਇਸ ਨੂੰ 3 ਘੰਟੇ ਉਬਾਲ ਕੇ ਉਸ ਨੂੰ ਸਾਬਣ ਲਾ ਜਾਂ ਨੈਚੁਰਲ ਕੋਲਚੋ ਬਾਕੀ ਨਿੰਬੂ ਯੂਜ਼ ਕੀਤਾ, ਆਪਣਾ ਡਰਾਈ ਪਾਊਡਰ ਯੂਜ ਕੀਤੇ ਕਰੀ ਜਾਂਦੇ, ਜਿੱਥੇ ਨਾ ਫਲਾਵਰਸ ਹੁੰਦੇ ਹਨ ਉਹਦੇ ਵਿੱਚ ਪਾਲਕਾ ਦੇ ਨਾਲ ਸੁੱਖ ਬਰਸ਼ਣਾ ਵੀ ਨਾਲ ਕੱਢੀ ਜਾਂਦੀ ਹੈ ਤੇ ਮਹਾਰਾਜ ਕਿਰਪਾ ਨਾਲ ਉਹ ਹੀ ਕੰਮ ਵਾਪਸ ਆ ਜਾਂਦੀ ਹੈ। ਪੋਲਿਊਸ਼ਨ ਦਾ ਕਰਕੇ ਅੱਜ ਦੇਖੋ ਤੁਹਾਨੂੰ ਦੇਖ ਨਹੀਂ ਹੁੰਦਾ ਇੰਨੇ ਕੰਮ ਕਰ ਹੈ। ਇਟ ਓਨਲੀ ਲਾਸਟ 3 ਮੰਥਸ, 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੀਂਹ ਦੇ ਨਾਲ ਪਾਣੀ ਜੰਮ ਜਾਂਦਾ, ਕਾਲਾ ਹੋਰ ਕੁਛ ਨਹੀਂ, ਕਾਲਾ ਕਾਲਾ ਪਾਣੀ ਜੰਮਿਆ ਹੁੰਦਾ, ਸਮੋਕ ਸਮੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ। ਕੀ ਹੱਲ ਕੀ ਹੈ ਜੀ ਇਸ ਪ੍ਰਦੂਸ਼ਣ ਤੋਂ ਰੋਕਥਾਮ ਵਾਸਤੇ? ਸਰਕਾਰਾਂ ਕਰਨਗੀਆਂ, ਸਾਨੂੰ ਸੇਵਾ ਮਿਲ ਜਾਂਦੀ, ਸਾਨੂੰ ਆਪਣਾ ਲਾਲਚ, ਸਾਨੂੰ ਆਪਣੀ ਲਾਲਚ ਵੀ ਸੇਵਾ ਮਿਲਦੀ ਹੈ, ਸਾਨੂੰ ਇਹੀ ਲਾਲਚ। ਪੋਲਿਊਸ਼ਨ ਕੰਟਰੋਲ ਸਰਕਾਰਾਂ ਨੇ ਕਰਨਾ। Subscribe to One India channel and never miss an update.